ਦੇਸ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੇਨਿਕ ਸੂਰਾ ਟਾਈਮਸ ਪੰਜਾਬ ਵਿੱਚ ਜਿਹੜਾ ਹੈ ਇਲੈਕਸ਼ਨ ਇਅਰ ਚੱਲ ਰਿਹਾ ਔਰ ਇਲੈਕਸ਼ਨ ਇਅਰ ਦੇ ਦੌਰਾਨ ਜਿਹੜਾ ਬੇਅਦਵੀ ਦਾ ਮਾਮਲਾ ਹੈ ਇਹ ਇੱਕ ਵਾਰੀ ਫੇਰ ਪੱਕ ਗਿਆ ਹੈ ਔਰ ਲਗਾਤਾਰ ਇਸ ਬੇਅਦਵੀ ਦੇ ਮਾਮਲੇ 'ਚ ਨਵੇਂ-ਨਵੇਂ ਤੱਥ ਜਿਹੜੇ ਆ ਨਿਕਲ ਕੇ ਸਾਹਮਣੇ ਆ ਰਹੇ ਆ ਨਵੇਂ-ਨਵੇਂ ਸਿਆਸੀ ਜਿਹੜੇ ਕਦਮ ਹੈ ਇਹ ਚੁੱਕੇ ਜਾ ਰਹੇ ਨੇ ਜਿਹੜੀ ਨਵੀਂ ਇਸ ਚ ਗੱਲ ਨਿਕਲ ਕੇ ਸਾਹਮਣੇ ਆਈ ਹੈ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਚੱਲ ਰਹੀ ਸੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੀਟਿੰਗ ਲੈ ਰਹੇ ਸੀ ਮੀਟਿੰਗ ਚ ਇਹ ਮੁੱਦਾ ਡਿਸਕਸ ਹੋਇਆ ਔਰ ਉਸ ਦੌਰਾਨ ਜਿਹੜੇ ਪੰਜਾਬ ਕਾਂਗਰਸ ਦੇ ਜਿਹੜੇ ਅਧਿક્ષા ਸੁਨੀਲ ਜਾਖੜ ਔਰ ਸੁਖਜਿੰਦਰ ਰੰਧਾਵਾ ਜੋ ਕਿ ਕੈਬਨਿਟ ਮਿਨਿਸਟਰ ਆ ਉਹਨਾਂ ਨੇ ਅਸਤੀਫਾ ਦੇ ਦਿੱਤਾ ਪਪਾਰਾ ਮੁੱਖ ਮੰਤਰੀ ਕੈਪਟਨ ਵਿਨੈਦਰ ਸਿੰਘ ਨੇ ਉਹਨਾਂ ਦਾ ਅਸਤੀਫਾ ਸਵੀਕਾਰ ਨਹੀਂ ਕੀਤਾ ਔਰ ਇਹ ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਦੇ ਦੌਰਾਨ ਹੀ ਉਹਨਾਂ ਦੇ ਸਾਹਮਣੇ ਉਹਨਾਂ ਨੇ ਉਹ ਅਸਤੀਫੇ ਨੂੰ ਫਾੜ ਕੇ ਡਸਟਬਿਨ ਵਿੱਚ ਸੁੱਟ ਦਿੱਤਾ ਸਾਡੇ ਨਾਲ ਵਿਰੋਧੀ ਧਿਰ ਦੇ ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਦੇ ਨੇਤਾ ਹਰਪਾਲ ਜਿੰਮਾ ਜੀ ਉਹਨਾਂ ਨੂੰ ਜਾਣਦੇ ਆ ਇਹ ਕੀ ਇਸ ਨੂੰ ਉਹ ਕਿਸ ਤਰ੍ਹਾਂ ਦੇਖਦੇ ਆ ਇਹ ਕੀ ਸਟੈਪ ਸੀਗਾ ਸਰ ਜਿਹੜੀ ਇਹ ਕੱਲ ਜਿਹੜੀ ਘਟਨਾਕ੍ਰਮ ਹੋਇਆ ਮੰਤਰੀ ਮੰਡਲ ਦੀ ਬੈਠਕ 'ਚ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਕੀ ਸਟੈਪ ਮੰਨਦੇ ਹੋ ਦੇਖੋ ਆਪਣੀ ਚਮੜੀ ਨੂੰ ਬਚਾਉਣ ਦੇ ਲਈ ਰੰਧਾਵਾ ਸਾਹਿਬ ਤੇ ਸੁਨੀਲ ਜਾਖੜ ਜੀ ਆਪਦੇ ਆਪ ਨੂੰ ਲੋਕਾਂ ਨੂੰ ਸੇਵ ਕਰਨ ਲਈ ਕਿ ਅਸੀਂ ਤਾਂ ਤੁਹਾਡੇ ਨਾਲ ਖੜੇ ਸੀਗੇ ਉਹ ਡਰਾਮਾ ਕੀਤਾ ਸੀ ਉਹਨਾਂ ਨੇ ਇਹ ਪੰਜਾਬ ਦੀ ਵਿਧਾਨ ਸਭਾ 'ਚ ਵੀ ਕਈ ਵਾਰ ਰੰਧਾਵਾ ਸਾਹਿਬ ਡਰਾਮੇ ਕਰਦੇ ਹੁੰਦੇ ਨੇ ਕਿ ਕਿੰਨੇ ਹੀ ਜੀ ਮੈਨਾਂ ਨੂੰ ਤੁਲਣ ਦੇਾਂਗੇ ਇਹਨਾਂ ਨੂੰ ਠੋਕ ਦੇਾਂਗੇ ਕਾਲੀਆਂ ਨੂੰ ਐ ਕਰਦੇਾਂਗੇ ਇਹ ਡਰਾਮੇ ਕਰਨ ਦੇ ਮਾਹਰ ਨੇ ਸੋ ਡਰਾਮਾ ਕੀਤਾਗਾ ਇਹਦੇ ਨਾਲ ਕੋਈ ਪੰਜਾਬ ਨੂੰ ਫਾਇਦਾ ਨਹੀਂ ਹੋਣਾ ਅਸੀਂ ਜਿਸ ਦਿਨ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੀਗਾ ਉਸ ਦਿਨ ਵੀ ਮੰਗ ਕੀਤੀ ਸੀਗੀ ਕਿ ਇਹ ਜਿਹੜੀ ਜਾਂਚ ਹੋ ਰਹੀ ਆ ਜਾਂ ਸਮਾਵਧ ਹੋਣੀ ਚਾਹੀਦੀ ਆ ਟ੍ਰਾਇਲ ਜਿਹੜਾਗਾ ਸਮਾਵਧ ਹੋਣਾ ਚਾਹੀਦਾ ਔਰ ਸਪੈਸ਼ਲ ਐਕਸਕਲੂਸਿਵ ਜਿਹੜੀ ਕੋਰਟ ਆ ਉਹ ਬਣਨੀ ਚਾਹੀਦੀ ਆ ਉਸ ਸਮੇ ਸਾਰੇ ਲੋਕ ਚੁੱਪ ਸੀਗੇ ਸੋ ਮੈਂ ਸਮਝਦਾ ਡਰਾਮੇ ਕਰ ਰਹੇ ਨੇ ਕਿ ਇਹ ਸਾਰੇ ਗੁਰੂ ਤੋਂ ਬੇਮੁਖ ਨੇਗੇ ਇਹ ਜਿਸ ਤਰ੍ਹਾਂ ਅਕਾਲੀ ਦਲ ਨੇ ਪੰਥ ਤੋਂ ਵੋਟਾਂ ਲੈ ਕੇ ਪੰਥ ਦੀ ਪਿੱਠ 'ਤੇ ਛੁਰਾ ਮਾਰਿਆ ਜਿਨ੍ਹਾਂ ਲੋਕਾਂ ਤੋਂ ਵੋਟਾਂ ਲਈਆਂ ਉਹਨਾਂ ਦੀ ਪਿੱਠ ਦੇ ਵੀ ਛੁਰਾ ਮਾਰਿਆ ਅੱਜ ਉਸੇ ਪ੍ਰਕਾਰ ਕਾਂਗਰਸ ਪਾਰਟੀ ਦੇ ਜਿਨ੍ਹਾਂ ਲੋਕਾਂ ਤੋਂ ਵੋਟਾਂ ਲਈਆਂ ਜਿਨ੍ਹਾਂ ਲੋਕਾਂ ਨੂੰ ਇਨਸਾਫ ਦਾ ਭਰੋਸਾ ਦਿੱਤਾ ਉਹਨਾਂ ਲੋਕਾਂ ਦੀ ਪਿੱਠ 'ਤੇ ਜਿਹੜੀ ਆ ਕਾਂਗਰਸ ਪਾਰਟੀ ਛੁਰਾ ਮਾਰ ਰਹੀ ਆ ਚਾਹੇ ਰੰਦਾਵਾ ਹੋਵੇ ਚਾਹੇ ਜਾਖੜ ਹੋਵੇ ਚਾਹੇ ਕੈਪਟਨ ਸਾਹਬ ਹੋਣ ਇਹ ਸਾਰੇ ਇੱਕੋ ਹੀ ਥਾੜੀ ਦੇ ਚੱਟੇ ਬੱਟੇ ਨੇਗੇ ਜਿਸ ਟਾਈਮ ਹਾਈ ਕੋਰਟ ਦਾ ਫੈਸਲਾ ਆਇਆ ਸਿੱਟ ਦੇ ਉੱਤੇ ਜਿਹੜਾ ਕੁਮਰ ਵਿਜੇ ਪ੍ਰਤਾਪ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹਨਾਂ ਨੇ ਉਸ ਨੂੰ ਰੱਦ ਕਰ ਦਿੱਤਾ ਔਰ ਨਈ ਸਿੱਟ ਬਣਾ ਦੇ ਦੇਸ਼ ਜਾਰੀ ਕਰ ਦਿੱਤੇ ਪੰਜਾਬ ਗਵਰਨਮੈਂਟ ਨੇ ਉਹ ਦੇਸ਼ਾਂ ਨੂੰ ਪ੍ਰਵਾਨਗੀ ਕਰਦੇ ਹੋਏ ਪ੍ਰਵਾਨਗੀ ਚੜਾਉਂਦੇ ਹੋਏ ਨਵੀਂ ਸਿੱਟ ਵੀ ਬਣਾ ਦਿੱਤੀ ਔਰ ਦੂਜੇ ਪਾਸੇ ਉਹਨਾਂ ਨੇ ਕੋਸ਼ਣਾ ਵੀ ਕਰ ਦਿੱਤੀ ਕਿ ਅਸੀਂ ਇਹਨੂੰ ਉੱਪਰਲੀ ਅਦਾਲਤ ਵਿੱਚ ਚੈਲੰਜ ਕਰਾਂਗੇ ਇਹ ਦੋਗਲਾਪਨ ਕਿੱਦਾਂ ਹੈ ਤੁਸੀਂ ਇਹਨੂੰ ਕਿਸ ਤਰ੍ਹਾਂ ਮੰਨਦੇ ਹੋ ਦੇਖੋ ਮੈਂ ਬਾਰ ਬਾਰ ਕਹਿਣਾ ਕਿ ਕੈਪਟਨ ਸਾਹਿਬ ਜਿਹੜੇ ਹੈਗੇ ਨੇ ਇੱਕ ਹੋਏ ਇੱਕ ਪੁਰਾਣੇ ਹੋਏ ਸਮਝੌਤੇ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਬੰਦਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਭਾਜਪਾ ਨੂੰ ਵਿਚਾਰ ਰਹੇ ਨੇ ਕਿ ਕੋਈ ਛੱਟਾਂ ਨਹੀਂ ਨਿਕਲਣਾ ਹੈਗਾ ਕੋਈ ਨਿਚੋੜ ਨਹੀਂ ਨਿਕਲਣਾ ਕਿਸੇ ਨੂੰ ਕੋਈ ਸਜ਼ਾ ਨਹੀਂ ਹੋਣੀ ਇਹਨਾਂ ਦੇ ਰਾਜ ਦੇ ਵਿੱਚ ਇਹ ਸਿਰਫ ਤੇ ਸਿਰਫ ਇੱਕ ਦੂਜੇ ਨੂੰ ਬਚਾਉਂਦੇ ਨੇ ਕਿ ਕਿਤੇ ਬਚਾਉਣ ਦਾ ਕੰਮ ਕਰਦੇ ਨੇ ਕਿ ਜਦੋਂ ਬਾਦਲ ਸੱਤਾ 'ਚ ਹੁੰਦਾਗਾ ਤੋ ਕੈਪਟਨ ਸਾਹਿਬ ਨੂੰ ਬਚਾਉਂਦਾਗਾ ਜਦੋਂ ਕੈਪਟਨ ਸਾਹਿਬ ਸੱਤਾ 'ਚ ਹੁੰਦੇ ਨੇ ਬਾਦਲ ਪਰਿਵਾਰ ਨੂੰ ਬਚਾਉਂਦੇ ਨੇ ਕਿ ਅੱਜ 25 ਸਾਲ ਦਾ ਸਮਾਂ ਹੋ ਗਿਆ ਪੰਜਾਬ 'ਚ ਪੰਜਾਬ ਬੁਰੀ ਤਰ੍ਹਾਂ ਇਹਨਾਂ ਨੇ ਬਰਬਾਦ ਕੀਤਾਗਾ ਆਪਣੀ ਸਿਰਫ ਸਿਆਸੀ ਸੱਤਾ ਹਾਸਲ ਕਰਨ ਲਈ ਸੱਤਾ ਦੇ ਭੁੱਖੇ ਵਿਅਕਤੀਆਂ ਨੇ ਮੈਂ ਸਮਝਦਾ ਹਾਂ ਅੱਜ ਪੰਜਾਬ ਬਰਬਾਦ ਕੀਤਾਗਾ ਸੋ ਇਹਨਾਂ ਤੋਂ ਪੰਜਾਬ ਦੇ ਲੋਕਾਂ ਨੂੰ ਕੋਈ ਆਸ ਨਹੀਂ 2022 ਦੇ ਵਿੱਚ ਪੰਜਾਬ ਦੇ ਲੋਕ ਆਪਣੀ ਸਰਕਾਰ ਬਣਾਉਣਗੇ ਆਮ ਲੋਕਾਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੂਗੀ ਔਰ ਪੰਜਾਬ ਵਿੱਚ ਸਾਰੇ ਦੋਸ਼ੀਆਂ ਨੂੰ ਜਿਨ੍ਹਾਂ ਨੇ ਸਜ਼ਾ ਜਿਨ੍ਹਾਂ ਨੇ ਬੇਅਦਬੀ ਕੀਤੀ ਆ ਉਹਨਾਂ ਨੂੰ ਵੀ ਜਿਨ੍ਹਾਂ ਦੋਰਾਜ ਬਾਰੇ ਉਹਨਾਂ ਨੂੰ ਵੀ ਜਿਨ੍ਹਾਂ ਦੇ ਜਿਹੜੇ ਵਿਚਾਰ ਰਹੇ ਨੇ ਉਹਨਾਂ ਨੂੰ ਵੀ ਸਭ ਨੂੰ ਜੇਲ੍ਹਾਂ ਚ ਰੱਖਾਂਗੇ ਨਵਜੋਤ ਸਿੰਘ ਸਿੱਧੂ ਲਗਾਤਾਰ ਜਦੋਂ ਦਾ ਹਾਈ ਕੋਰਟ ਦਾ ਫੈਸਲਾ ਆਇਆ ਉਸ ਤੋਂ ਬਾਅਦ ਲਗਾਤਾਰ ਆਪਣੀ ਹੀ ਸਰਕਾਰ ਦੇ ਉੱਤੇ ਉਂਗਲ ਚੁੱਕ ਰਹੇ ਨੇ ਕਦੀ ਉਹ ਟਵੀਟ ਕਰਦੇ ਨੇ ਕਦੀ ਉਹ ਪ੍ਰੈਸ ਕਾਨਫਰੰਸ ਕਰਦੇ ਨੇ ਵੱਖਰਾ ਵੱਖਰਾ ਉਹਨਾਂ ਦਾ ਢੰਗ ਹੁੰਦਾ ਤੁਸੀਂ ਉਹਨਾਂ ਦੇ ਜਿਹੜਾ ਇਹ ਮਤਲਬ ਕਿ ਨਵਜ ਨਵਜੋਤ ਸਿੰਘ ਸਿੱਧੂ ਜਿਹੜੀ ਉਂਗਲ ਚੱਕ ਰਹੇ ਨੇ ਉਸ ਨੂੰ ਕਿਸ ਤਰ੍ਹਾਂ ਲੈਣੇ ਹੋ ਦੇਖੋ ਜਿਹੜੀਆਂ ਗੱਲਾਂ ਜਿਹੜੀਆਂ ਗੱਲਾਂ ਆਮ ਆਦਮੀ ਪਾਰਟੀ ਪਿਛਲੇ 4 ਸਾਲਾਂ ਤੋਂ ਕਹਿੰਦੀ ਆ ਰਹੀ ਸੀ ਕਿ ਦੋ ਪਰਿਵਾਰ ਮਿਲੇ ਹੋਏ ਨੇਗੇ ਉਹਨਾਂ ਗੱਲਾਂ ਤੇ ਅੱਜ ਨਵਜੋਤ ਸਿੰਘ ਸਿੱਧੂ ਮੋਹਰਲਾ ਰਹੇ ਨੇਗੇ ਉਹਨਾਂ ਗੱਲਾਂ ਦੀ ਪੁਸ਼ਟੀ ਅੱਜ ਨਵਜੋਤ ਸਿੰਘ ਸਿੱਧੂ ਕਰ ਰਹੇ ਨੇਗੇ ਸੋ ਦੇਰ ਆਏ ਦਰਸਤ ਵਾਲੇ ਦਰਸਤ ਵਾਲੇ ਦੀ ਗੱਲ ਹੋਈ ਹੈ ਕਿ ਅੱਜ ਨਵਜੋਤ ਸਿੰਘ ਸਿੱਧੂ ਨੂੰ ਵੀ ਮਤਲਬ ਇਹ ਗੱਲ ਦੀ ਸਮਝ ਆ ਗਈ ਕਿ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਸਾਹਿਬ ਪੂਰੇ ਗੂੜੇ ਯਾਰ ਨੇਗੇ ਪੂਰੇ ਗੂੜੇ ਮਿੱਤਰ ਨੇਗੇ ਇਹਨਾਂ ਤੋਂ ਪੰਜਾਬ ਦੇ ਲੋਕਾਂ ਦਾ ਕੋਈ ਭਲਾ ਨਹੀਂ ਹੋਣਾ ਸੋ ਇਸ ਗੱਲ ਦੀ ਪੁਸ਼ਟੀ ਜਿਹੜੀ ਆ ਅੱਜ ਨਵਜੋਤ ਸਿੰਘ ਸਿੱਧੂ ਨੇ ਕੀਤੀ ਹੈ ਆਮ ਆਦਮੀ ਪਾਰਟੀ ਇਹ ਬੇਵੱਦਵੀ ਮਾਮਲੇ 'ਚ ਆਮ ਆਦਮੀ ਪਾਰਟੀ ਵੀ ਕੋਈ ਕਦਮ ਚੁੱਕੇਗੀ ਜਾਂ ਸਿਰਫ ਉਹ ਉਂਗਲ ਹੀ ਚੱਕਦੀ ਰਹੇਗੀ ਜਦੋਂ ਆਮ ਆਦਮੀ ਪਾਰਟੀ ਦੀ 2022 ਦੇ ਵਿੱਚ ਆਮ ਲੋਕ ਸਰਕਾਰ ਬਣਾਉਣਗੇ ਉਦੋਂ ਦੇਖਿਓ ਤੁਸੀਂ ਪਹਿਲੇ 6 ਮਹੀਨਿਆਂ ਦੇ ਵਿੱਚ ਸਾਰਿਆਂ ਨੂੰ ਜੇਲਾ ਡੰਗਾ ਕੇ ਜਿਨ੍ਹਾਂ ਨੇ ਬੇਅਦਬੀ ਕੀਤੀ ਆ ਔਰ ਜਿਹੜੇ ਬੇਅਦਬੀ ਕਰਨ ਦਾ ਵਿਚਾਰ ਰਹਿਣ ਦੋਨਾਂ ਨੂੰ ਜੇਲਾ 'ਚ ਭੇਜਾਂਗੇ ਐਸਜੀ ਹਰਪਾਲ ਚਿਮਾ ਜੀ ਜੋ ਕਿ ਪੰਜਾਬ ਵਿਧਾਨ ਸਭਾ ਵਿਰੋਧੀ ਧਰ ਦੇ ਨੇਤਾ ਉਹਨਾਂ ਦਾ ਕਹਿਣਾ ਹੈ ਕਿ ਬੇਅਦਬੀ ਮਾਮਲੇ 'ਚ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਬਣੇਗੀ ਤਾਂ ਪਹਿਲੇ 6 ਮਹੀਨਿਆਂ 'ਚ ਹੀ ਲੋਕਾਂ ਨੂੰ ਇਨਸਾਫ ਦਿੱਤਾ ਜਾਏਗਾ ਇਸ 'ਚ ਨਾ ਸਿਰਫ ਬੇਅਦਬੀ ਕਰਨ ਵਾਲਿਆਂ ਨੂੰ ਅੰਦਰ ਜੇਲ੍ਹਾਂ 'ਚ ਠੁੱਕਿਆ ਜਾਏਗਾ ਬਲਕਿ ਉਹਨਾਂ ਨੂੰ ਬਚਾਉਣ ਵਾਲਿਆਂ ਨੂੰ ਵੀ ਸਜ਼ਾ ਦਿੱਤੀ ਜਾਏਗੀ ਮੈਂ ਦਿਨੇਸ਼ ਕੋਹਲ ਕੈਮਰਾਮੈਨ 우ਮਾ ਯਾਦਵ ਦੇ ਨਾਲ ਦੈਨਿਕ ਸਵੇਰਾ ਟੀਵੀ ਲਈ ਚੰਡੀਗੜ੍ਹ ਤੋਂ ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक एना चोरा ठग्गा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटेया विच समाधान फ्री फ्री फ्री, फ्री मियां रफीक मोहम्मद मोबाइल तीन सौ 8437494648

68558238617